ਆਪ ਸਭ ਦਾ ਸਵਾਗਤ ਹੈ ਇਸ ਚੈਨਲ ਦੇ ਉੱਪਰ ਸੋ ਪੰਜਾਬ ਪਟਵਾਰੀ ਇਗਜ਼ਾਮ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਤੁਹਾਨੂੰ ਹਰ ਤਰ੍ਹਾਂ ਦੀ ਅਪਡੇਟ ਇਸ ਚੈਨਲ ਤੋਂ ਪ੍ਰਾਪਤ ਹੋ ਸਕੇ ਸੋ ਪਟਵਾਰੀ ਦਾ ਇਗਜ਼ਾਮ ਜੋ ਇਸ ਸਾਲ ਹੋਇਆ ਸੀ ਉਸ ਤੇ ਰਿਜ਼ਲਟ ਹੈ ਜਿਹੜੇ ਉਸ ਨੂੰ ਲੈ ਕੇ ਜਿਹੜੇ ਉਮੀਦਵਾਰ ਹੈ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਇਗਜ਼ਾਮ ਦੇ ਵਿੱਚੋਂ ਜੇ ਅਸੀਂ ਚੰਗੇ ਨੰਬਰ ਲੈਨੇ ਆ ਤਾਂ ਸਾਨੂੰ ਇੱਕ ਆਪਣੀ ਕੱਟ ਆਫ ਦਾ ਰਿਜ਼ਲਟ ਦਾ ਬੜਾ ਹੀ ਇੱਕ ਸਾਡੇ ਦਿਲ ਦੇ ਵਿੱਚ ਹੁੰਦਾ ਕਿ ਅਸੀਂ ਉਹਨੂੰ ਜਲਦੀ ਤੋਂ ਕਰੈਕ ਕਰੀਏ ਤੇ ਗਵਰਨਮੈਂਟ ਜੌਬ ਲਈਏ ਸੋ ਜੋ ਪਟਵਾਰੀ ਇਗਜ਼ਾਮ ਰਿਜ਼ਲਟ ਹੈ ਉਹ ਕਾਫੀ ਬੱਚਿਆਂ ਦੇ ਕੁਐਸਚਨ ਨਹੀਂ ਉਹਨਾਂ ਦੀ ਕੱਟਆਫ ਨੂੰ ਲੈ ਕੇ ਉਹ OMR ਸ਼ੀਟ ਨੂੰ ਲੈ ਕੇ ਫਾਈਨਲ ਰਿਜ਼ਲਟ ਨੂੰ ਲੈ ਕੇ ਤਾਂ ਸਟੂਡੈਂਟਸ ਇਸ ਦੇ ਵਿੱਚ ਇਹ ਗੱਲ ਕਰੀਏ ਤਾਂ ਤੁਹਾਡੇ ਇਸ ਇਸ ਮਾਂਥ ਦੇ ਵਿੱਚ ਹੀ ਤੁਹਾਡਾ ਜਿਹੜਾ ਰਿਜ਼ਲਟ ਹੈ ਉਹ ਅਪਡੇਟ ਤੁਹਾਡੀਆਂ ਕਟ-ਆਫ ਸਾਰੀਆਂ ਸੂਣੀਆਂ ਲਿਸਟਾਂ ਜਾਰੀ ਹੋ ਜਾਣਗੀਆਂ ਕਿਉਂਕਿ ਜੋ ਇਹ ਤੁਹਾਡਾ ਕੰਟੈਕਟ ਕਰਵਾਉਂਦਾ ਵਿਭਾਗ ਉਸਦੇ ਹੋਰ ਵੀ ਕਈ ਐਗਜ਼ਾਮ ਚੱਲ ਰਹੇ ਨੇ ਤਾਂ ਉਹਨਾਂ ਦਾ ਵੀ ਉਹ ਨਾਲ-ਨਾਲ ਕੰਮ ਕਰ ਰਿਹਾ ਤਾਂ ਇਸ ਕਰਕੇ ਕੁਝ ਚੀਜ਼ ਨੂੰ ਟਾਈਮ ਲੱਗਦਾ ਕਿਉਂਕਿ ਲਿਸਟਾਂ 10 ਜੂਨ ਤੱਕ 15 ਜੂਨ ਤੱਕ ਤੁਹਾਡੀਆਂ ਅਪਲੋਡ ਹੋ ਜਾਣਗੀਆਂ ਤੁਹਾਡੇ ਰਿਜ਼ਲਟ ਨੂੰ ਲੈ ਕੇ ਤੁਹਾਡੀਆਂ ਕਟ-ਆਫ ਨੂੰ ਲੈ ਕੇ ਸੋ ਰਹਿਦੀ ਗੱਲ ਤੁਹਾਡੀ ਮੈਰਿਟ ਦੀ ਮੈਰਿਟ ਹੈ ਜੋ ਉਹ ਆਪਾਂ ਗੱਲ ਸਪਸ਼ਟ ਰੂਪ ਦੇ ਵਿੱਚ ਨਹੀਂ ਕਹਿ ਸਕਦੇ ਹੁੰਦੇ ਸਰਵੇ ਹੋ ਰਿਹਾ ਚੈਨਲਾਂ ਦੇ ਉੱਪਰ ਉਹ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਕੋਈ 75 ਤੱਕ ਵੀ ਕਹਿ ਰਹੇ ਕੋਈ 80 ਤੱਕ ਵੀ ਕਹਿ ਰਹੇ ਕੋਈ 83 ਤੱਕ ਵੀ ਪਰ ਇਹ ਜਿਹੜੀ ਚੀਜ਼ ਡਿਪੈਂਡ ਕਰਦੀ ਹੈ ਤੁਹਾਡੀ ਕੱਟਆਫ ਤੇ ਹੀ ਕਰੂਗੀ ਕਿਉਂਕਿ ਬਹੁਤ ਕੈਂਡੀਡੇਟ ਹੈ ਜਦੋਂ ਮੈਰਿਟ ਪੈਂਦੀ ਹੈ ਉਹ ਕੱਟਆਫ ਤੋਂ ਬਾਅਦ ਕਾਫੀ ਲਿਸਟਾਂ ਬਾਅਦ ਵਿੱਚ ਵੀ ਜਾਰੀ ਹੁੰਦੀਆਂ ਕਿਉਂਕਿ ਕਈ ਉਮੀਦਵਾਰ ਅਜਿਹੀ ਹੁੰਦੇ ਆ ਜਿਹੜੇ ਆਲਰੇਡੀ ਪਹਿਲਾਂ ਕਿਸੇ ਹੋਰ ਜੌਬ ਤੇ ਕੰਮ ਕਰ ਰਹੀ ਹੁੰਦੀ ਹੈ ਜਾਂ ਹੋਰ ਵੀ ਇਸ ਤੋਂ ਵਧੀਆ ਜੌਬ ਕਰ ਰਹੀ ਹੁੰਦੀ ਹੈ ਬਟ ਉਹ ਟੈਸਟ ਦੇ ਕੇ ਇੱਕ ਮੈਰਿਟ ਦੇ ਵਿੱਚ ਆ ਜਾਂਦੇ ਜਿਸ ਦੇ ਕਰਕੇ ਸਾਡੀ ਮੈਰਿਟ ਅੱਗੇ ਪਿੱਛੇ ਹੋ ਜਾਂਦੀ ਹੈ ਪਰ ਜਦੋਂ ਅ ਫਾਈਨਲ ਜਦੋਂ ਹੁੰਦਾ ਸਾਰਾ ਤੁਹਾਡੀਆਂ ਕਾਉਂਸਲਿੰਗ ਹੁੰਦੀਆਂ ਤਾਂ ਬਹੁਤ ਕੈਂਡੀਡੇਟ ਉਹਦੇ ਵਿੱਚੋਂ ਸ਼ਾਰਟਲਿਸਟ ਹੋ ਜਾਂਦੇ ਆ ਤਾਂ ਮੈਰਿਟ ਕਈ ਵਾਰ ਡਾਊਨ ਵੀ ਚਲੀ ਜਾਂਦੀ ਹੈ ਸੋ ਆਪਾਂ ਕੱਟ ਆਫ ਦੀ ਗੱਲ ਤਾਂ ਨਹੀਂ ਕਰ ਸਕਦੇ ਕਿਉਂਕਿ ਆਪਾਂ ਨੂੰ ਪਤਾ ਹੈ ਬੱਚਿਆਂ ਦੇ ਨੰਬਰ 98 99 ਤੱਕ ਵੀ ਹੈਗੇ ਨੇ ਤਾਂ ਉੱਥੋਂ ਸ਼ੁਰੂ ਹੁੰਦੀ ਹੋਈ ਕਿੱਥੇ ਆ ਕੇ ਰੁਕਦੀ ਹੈ ਇਹ ਡਿਪੈਂਡ ਕਰਦਾ ਹੈ ਪੂਰੇ ਵਿਭਾਗ ਦੀ ਜੋ ਤੁਹਾਡੀ ਆਫੀਸ਼ੀਅਲ ਜਾਣਕਾਰੀ ਆਏਗੀ ਸੋ ਉਸ ਤੋਂ ਪਹਿਲਾਂ ਸਾਰਿਆਂ ਨੂੰ ਅਸੀਂ ਬੈਸਟ ਆਫ ਲੱਕ ਕਹਿੰਦੇ ਆ ਤੁਹਾਡਾ ਰਿਜ਼ਲਟ ਹਾਲੇ ਤੱਕ ਵੈਬਸਾਈਟ ਦੇ ਉੱਪਰ ਨਹੀਂ ਅਪਲੋਡ ਹੋਇਆ ਕਿਉਂਕਿ ਹੋਰ ਵੀ ਕਾਫੀ ਜਿਹੜੇ ਪੇਪਰ ਹੋਏ ਇਨਸਪੈਕਟਰ ਦੇ ਕਾਫੀ ਹੋਰ ਵੀ ਹੈਗੇ ਨੇ ਉਹਨਾਂ ਦੀਆਂ ਲਿਸਟਾਂ ਵੀ ਜਾਰੀ ਹੋਣ ਕਰਕੇ ਜਿਹੜਾ ਤੁਹਾਡਾ ਵਿਭਾਗ ਆ ਉਹ ਟਾਈਮ ਲੱਗ ਜਾਂਦਾ ਹੈ ਤੇ ਉਸ ਤੋਂ ਇਲਾਵਾ ਜੋ ਵੀ ਆਫੀਸ਼ੀਅਲ ਜਾਣਕਾਰੀ ਵੈਬਸਾਈਟ ਤੇ ਅਪਲੋਡ ਹੁੰਦੀ ਹੈ ਜਦੋਂ ਵੀ ਤੁਹਾਡਾ ਰਿਜ਼ਲਟ ਜਾਂ ਕੱਟਆਫ ਜਾਂ ਤੁਹਾਡੀ ORM ਸ਼ੀਟ ਦੇ ਸੰਬੰਧ ਵਿੱਚ ਕੋਈ ਵੀ ਨੋਟੀਫਿਕੇਸ਼ਨ ਆਉਂਦਾ ਤੁਹਾਨੂੰ ਅਸੀਂ ਇਸ ਚੈਨਲ ਦੇ ਉੱਪਰ ਦੱਸ ਦਿਆਂਗੇ ਵੀਡੀਓ ਬਣਾ ਕੇ ਸੋ ਜੁੜੇ ਰਹੋ ਇਸ ਚੈਨਲ ਦੇ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਲਓ ਤਾਂ ਜੋ ਤੁਸੀਂ ਹਰ ਤਰ੍ਹਾਂ ਦੀ ਆਪਣੇ ਪੇਪਰ ਦੇ ਨਾਲ ਸੰਬੰਧਿਤ ਜਾਣਕਾਰੀ ਟਾਈਮ ਟੂ ਟਾਈਮ ਪ੍ਰਾਪਤ ਕਰ ਸਕੋ ਧੰਨਵਾਦ ਜੀ